ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਜਿਹੜੇ ਕਿ ਜੋ ਤੁਹਾਡਾ ਬੀ ਏ ਸਮੈਸਟਰ ਫਸਟ ਦਾ ਜਿਹੜਾ ਸਿਲੇਬਸ ਹੈ ਹਿਸਟਰੀ ਦਾ, ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੇ ਕਿ ਸਿਲੇਬਸ ਹੈ ਉਹ ਐੱਨ ਈ ਪੀ, ਠੀਕ ਹੈ, ਨਿਊ ਐਜੂਕੇਸ਼ਨ ਪੋਲਿਸੀ 2020 ਦੇ ਅੰਡਰ ਹੈ, ਜਿਹੜੇ ਕਿ ਚੇਂਜ ਹੋਇਆ ਹੋਇਆ, ਠੀਕ ਹੈ। ਸੋ ਕੀ ਸਿਲੇਬਸ ਹੈ ਐੱਨ ਈ ਪੀ 2020 ਦੇ, ਕੀ ਸਿਲੇਬਸ ਹੈ ਹਿਸਟਰੀ ਦਾ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹ ਜਿਹੜਾ ਸਿਲੇਬਸ ਹੈ ਮੇਜਰ ਵਨ ਐਂਡ ਮੇਜਰ ਟੂ ਸਮੈਸਟਰ ਫਸਟ ਦੇ ਵਿੱਚ, ਠੀਕ ਹੈ, ਸਬਜੈਕਟ ਕੋਡ ਬਣ ਕੇ ਮੇਜਰ ਵਨ ਐਂਡ ਮੇਜਰ ਟੂ ਦੇ ਅਕੋਰਡਿੰਗ ਜਿਹੜੇ ਕਿ ਡਿਵਾਈਡ ਹੈ। ਸੋ ਇਹ ਆਪਾਂ ਤੁਹਾਡੇ ਨਾਲ ਸਿਲੇਬਸ ਸ਼ੇਅਰ ਕਰਾਂਗੇ ਅਤੇ ਤੁਹਾਨੂੰ ਇਹ ਵੀ ਵਾਅਦਾ ਕਰਦੇ ਕਿ ਆਪਾਂ ਤੁਹਾਨੂੰ ਸਾਰੇ ਜਿਹੜੇ ਕਿ ਸਮੈਸਟਰ ਫਸਟ ਦੇ ਆਲ ਸਿਲੇਬਸ ਦੀ ਆਪਾਂ ਤਿਆਰੀ ਕਰਵਾਵਾਂਗੇ। ਸੋ ਚੈਨਲ ਦੇ ਨਾਲ ਜੁੜੋ ਅਤੇ ਵੱਧ ਤੋਂ ਵੱਧ ਸਟੂਡੈਂਟਸ ਨਾਲ ਵੀਡੀਓਜ਼ ਨੂੰ ਸ਼ੇਅਰ ਕਰੋ। ਹਾਂਜੀ ਸਟੂਡੈਂਟਸ, ਜਿਹੜੇ ਕਿ ਸਮੈਸਟਰ ਫਸਟ ਦੇ ਵਿੱਚ ਮੇਜਰ ਵਨ 'ਚ ਜਿਹੜਾ ਸਿਲੇਬਸ ਹੈ ਉਹ ਹਿਸਟਰੀ ਆਫ ਪੰਜਾਬ ਹੈ, ਹਿਸਟਰੀ ਆਫ ਪੰਜਾਬ ਪਲੱਸ ਟੂ ਵਾਲਾ ਹੀ ਸਿਲੇਬਸ ਹੈ, ਤੁਸੀਂ ਤਕਰੀਬਨ ਕੀਤਾ ਹੀ ਹੁੰਦਾ, ਠੀਕ ਹੈ, ਹਿਸਟਰੀ ਜਿਨ੍ਹਾਂ ਨੇ ਪਲੱਸ ਟੂ 'ਚ ਰੱਖੀ ਵੀ ਹੁੰਦੀ ਉਹਨਾਂ ਨੇ ਸਾਰਾ ਸਿਲੇਬਸ ਕੀਤਾ ਹੋਇਆ। ਬਸ ਉਹ ਹੀ ਹੈ ਕਿ ਤੁਸੀਂ ਸਬਜੈਕਟ ਦੇ ਵਿੱਚ ਜਿਹੜੇ ਚੈਪਟਰਸ ਨੇ ਉਹਨਾਂ ਨੂੰ ਰਿਪੀਟ ਕਰਨੇ ਨੇ, ਅਤੇ ਮੈਂ ਤੁਹਾਨੂੰ ਇਹ ਵੀ ਦੱਸੂੰਗੀ ਕਿ ਕਿਹੜੇ ਟੋਪਿਕ ਸਭ ਤੋਂ ਜ਼ਿਆਦਾ ਈਜ਼ੀ ਆ, ਜਿਹੜੇ ਤੁਸੀਂ ਕਰ ਲਓਗੇ ਉਦੋਂ ਪੱਕਾ ਇਗਜ਼ਾਮ ਦੇ ਵਿੱਚ ਆਏ ਜਾਣਗੇ ਉਹ, ਠੀਕ ਹੈ। ਹਾਂਜੀ, 70 ਮਾਰਕਸ ਦਾ ਜਿਹੜੇ ਕਿ ਇਗਜ਼ਾਮ ਹੋਣਾ ਅਤੇ 30 ਮਾਰਕਸ ਦੀ ਤੁਹਾਡੀ ਇੰਟਰਨਲ ਅਸੈਸਮੈਂਟ ਹੋਊਗੀ, ਅਤੇ ਪਾਸਿੰਗ ਮਾਰਕਸ ਹੁੰਦੇ ਨੇ 70 ਦੇ ਵਿੱਚੋਂ 25 ਮਾਰਕਸ ਜਿਹੜੇ ਕਿ ਤੁਸੀਂ ਪੇਪਰ ਨੂੰ ਪਾਸ ਕਰਨ ਲਈ ਲੈਣੇ ਨੇ। ਹਾਂਜੀ, ਪੇਪਰ ਦਾ ਪੈਟਰਨ ਕੀ ਰਹੂਗਾ, ਪੇਪਰ ਦੇ ਵਿੱਚ ਤੁਹਾਡਾ ਸੈਕਸ਼ਨ ਏ, ਬੀ ਐਂਡ ਸੀ ਤਿੰਨ ਸੈਕਸ਼ਨ ਹੋਣਗੇ। ਸੈਕਸ਼ਨ ਏ ਦੇ ਵਿੱਚ 4 ਕੁਸ਼ਚਨ, ਸੈਕਸ਼ਨ ਬੀ ਦੇ ਵਿੱਚ 4 ਕੁਸ਼ਚਨ, ਸੈਕਸ਼ਨ ਸੀ ਦੇ ਵਿੱਚ ਹੋਣਗੇ ਸ਼ੋਰਟ ਕੁਸ਼ਚਨ। ਇਹਨਾਂ 4 ਕੁਸ਼ਚਨਾਂ ਦੇ ਵਿੱਚੋਂ ਤੁਸੀਂ ਕੋਈ 2 ਕੁਸ਼ਚਨ ਕਰਨੇ ਹੋਣਗੇ ਸੈਕਸ਼ਨ ਏ ਦੇ ਵਿੱਚੋਂ, 2 ਹੀ ਸੈਕਸ਼ਨ ਬੀ ਦੇ ਵਿੱਚੋਂ, ਸੈਕਸ਼ਨ ਸੀ ਦੇ ਵਿੱਚ ਜਿਹੜੇ ਸ਼ੋਰਟ ਕੁਸ਼ਚਨ ਤੁਸੀਂ ਸਾਰੇ ਕਰਨੇ ਹੋਣਗੇ। ਸ਼ੋਰਟ ਕੁਸ਼ਚਨ ਆਉਣਗੇ ਕਿੰਨੇ ਸਟੂਡੈਂਟਸ, ਸ਼ੋਰਟ ਕੁਸ਼ਚਨ ਜਿਹੜੇ ਕਿ ਆਉਣਗੇ ਇਹ ਤੁਹਾਨੂੰ 11 2-2 ਮਾਰਕਸ ਦੇ ਤੁਸੀਂ ਸਾਰੇ ਕੁਸ਼ਚਨ ਕਰਨੇ ਹੋਣਗੇ, 22 ਮਾਰਕਸ ਹੋ, ਠੀਕ ਹੈ। ਅਤੇ ਜਿਹੜੇ ਹੋਣਗੇ ਕੁਸ਼ਚਨ ਲੌਂਗ ਏ ਐਂਡ ਬੀ ਸੈਕਸ਼ਨ ਦੇ ਵਿੱਚ ਹੋਣਗੇ 12 ਮਾਰਕਸ ਦੇ, ਓਕੇ। ਹਾਂਜੀ, ਮੇਜਰ ਵਨ ਦੇ ਵਿੱਚ ਜਿਹੜੇ ਕਿ ਹੈਗਾ ਸੈਕਸ਼ਨ ਏ, ਸੈਕਸ਼ਨ ਏ ਦੇ ਵਿੱਚ 4 ਚੈਪਟਰਸ ਨੇ, ਸੈਕਸ਼ਨ ਬੀ ਦੇ ਵਿੱਚ ਵੀ 4 ਚੈਪਟਰਸ ਨੇ। ਇਹ ਹੈ ਇੰਗਲਿਸ਼ 'ਚ, ਮੈਂ ਤੁਹਾਨੂੰ ਪੰਜਾਬੀ 'ਚ ਸਮਝਾਉਂਦੀ ਹਾਂ, ਨਾਲ ਦੀ ਨਾਲ ਦੱਸਦੀ ਵੀ ਕਿਹੜਾ ਟੋਪਿਕ ਜ਼ਿਆਦਾ ਈਜ਼ੀ ਆ। ਹਾਂਜੀ, ਫਸਟ ਦੇ ਵਿੱਚ ਹੈਗੇ ਸੋਰਸ ਆਫ ਪੰਜਾਬ, ਪੰਜਾਬ ਦੇ ਜਿਹੜੇ ਇਤਿਹਾਸ ਦੇ ਸੋਮੇ, ਠੀਕ ਹੈ, ਜਿਹਦੇ ਵਿੱਚ ਜਨਮ ਸਾਖੀਆਂ ਨੇ, ਵਾਰਾਂ ਨੇ, ਆਦਿ ਗ੍ਰੰਥ ਸਾਹਿਬ, ਹੁਕਮਨਾਮੇ, ਇਹ ਸਾਰੇ ਨੇ ਤੁਸੀਂ ਪਹਿਲਾਂ ਪਲੱਸ ਟੂ 'ਚ ਕੀਤੇ ਹੋਏ ਨੇ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੋਲੀਟੀਕਲ, ਠੀਕ ਹੈ, ਰਾਜਨੀਤਿਕ, ਸਮਾਜਿਕ, ਧਾਰਮਿਕ ਦਸ਼ਾ ਕਿਵੇਂ ਦੀ ਸੀ, ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦਾ ਜੀਵਨ, ਉਹਨਾਂ ਦੇ ਟੀਚਿੰਗਸ, ਸਿੱਖਿਆਵਾਂ, ਠੀਕ ਹੈ, ਗੁਰੂ ਨਾਨਕ ਦੇਵ ਜੀ ਨੇ ਸਿੱਖਿਆਵਾਂ ਅਤੇ ਟਰੈਵਲਸ ਕਿਹਨੇ, ਮਤਲਬ ਕਿ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ, ਯਾਤਰਾਵਾਂ, ਉਦਾਸੀਆਂ, ਅਤੇ ਮੈਪ ਵੀ ਆ, ਮੈਪ ਆਉਂਦਾ ਟਰੈਵਲ ਆਫ ਗੁਰੂ ਨਾਨਕ ਦੇਵ ਜੀ ਵਿਦ ਐਕਸਪਲੇਨੇਸ਼ਨ, ਠੀਕ ਹੈ, ਮੈਪ ਵੀ ਆ ਨਾਲ। ਅਤੇ ਉਸ ਤੋਂ ਇਲਾਵਾ ਜਿਹੜਾ ਫੋਰਥ ਚੈਪਟਰ ਹੈਗਾ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖ ਧਰਮ ਦਾ ਵਿਕਾਸ। ਸੈਕਸ਼ਨ ਏ ਦੇ ਵਿੱਚੋਂ ਸਭ ਤੋਂ ਜ਼ਿਆਦਾ ਈਜ਼ੀ ਟੋਪਿਕ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਲਾ, ਅਤੇ ਸ਼੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਸ਼੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖ ਧਰਮ ਦਾ ਵਿਕਾਸ। ਇਹ ਸਭ ਤੋਂ ਈਜ਼ੀ ਟੋਪਿਕ ਨੇ, ਤੁਸੀਂ ਇਹ ਕਰਨੇ ਨੇ, ਠੀਕ ਹੈ, ਲੌਂਗ ਲਈ ਸ਼ੋਰਟਲੀ ਸਾਰੇ ਰੀਡ ਕਰ ਲਿਓ। ਸੈਕਸ਼ਨ ਬੀ ਦੇ ਵਿੱਚ ਹੈਗੇ ਨੇ ਅੱਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੀ ਜਿਹੜੀ ਸ਼ਹੀਦੀ, ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇ ਕਾਰਨ, ਠੀਕ ਹੈ, ਅਤੇ ਮਹੱਤਵ, ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਧਰਮ ਦਾ ਜਿਹੜਾ ਵਿਕਾਸ ਹੋਇਆ,
ਜਿਵੇਂ ਕਿ ਮਸੰਦ ਪ੍ਰਥਾ ਦਾ ਵਿਸਥਾਰ, ਤਰਨ ਤਾਰਨ ਸਾਹਿਬ, ਠੀਕ ਹੈ, ਹਰਗੋਬਿੰਦਪੁਰਾ, ਹਰਿਮੰਦਰ ਸਾਹਿਬ ਦਾ ਨੀਂਹ ਪੱਥਰ, ਇਹ ਸਾਰੇ ਆ ਜਾਣਗੇ। ਅਤੇ ਇੱਕ ਇਸ ਦੇ ਵਿੱਚ ਹੈਗਾ ਸ਼੍ਰੀ ਗੁਰੂ ਹਰਗੋਬਿੰਦ ਜੀ, ਅਗਲਾ ਚੈਪਟਰ 6 ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਜੀ ਨਵੀਂ ਨੀਤੀ ਦੀਆਂ ਵਿਸ਼ੇਸ਼ਤਾਵਾਂ ਆ ਜਾਣਗੀਆਂ। ਅਤੇ ਇਹਨਾਂ ਦਾ ਮੈਪ ਵੀ ਆ, ਮੈਪ ਔਨ ਬੈਟਲਸ ਔਫ ਸ਼੍ਰੀ ਗੁਰੂ ਹਰਗੋਬਿੰਦ, ਸ਼੍ਰੀ ਗੁਰੂ ਹਰਗੋਬਿੰਦ ਜੀ ਲੜਾਈਆਂ ਦੇ ਚਾਰ ਜਿਹੜੇ ਲੜਾਈਆਂ ਸੀ ਹੈਗੀਆਂ ਸੀ, ਅੰਮ੍ਰਿਤਸਰ, ਠੀਕ ਹੈ, ਕਰਤਾਰਪੁਰ, ਲਹਿਰਾ ਦੀ ਲੜਾਈ ਅਤੇ ਫਗਵਾੜਾ, ਇਹਨਾਂ ਦੇ ਜਿਹੜੇ ਕਿ ਲੜਾਈਆਂ ਦੇ ਸਥਾਨ ਵੀ ਨੇ, ਇਹ ਆਪਾਂ ਮੈਪ ਵੀ ਕਰਵਾਵਾਂਗੇ। ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ, ਉਹਨਾਂ ਦੀ ਸ਼ਹੀਦੀ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਸਿਗਨੀਫਿਕੈਂਸ, ਮਹੱਤਤਾ। ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਠੀਕ ਹੈ, ਇਹਨਾਂ ਦੇ ਖਾਲਸਾ ਪੰਥ ਦੀ ਸਥਾਪਨਾ, ਖਾਲਸਾ ਪੰਥ ਦੀ ਸਥਾਪਨਾ ਦਾ ਮਹੱਤਵ, ਅਤੇ ਮੈਪ ਹੈਗਾ, ਅਤੇ ਟੀਚਿੰਗਸ ਨੇ, ਠੀਕ ਹੈ, ਮਤਲਬ ਕਿ ਸਿੱਖ ਧਰਮ ਦੇ ਨਿਯਮ ਆ ਜਾਣਗੇ ਇਹਦੇ ਵਿੱਚ। ਅਤੇ ਮੈਪ ਔਨ ਬੈਟਲ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਕਿ ਲੜਾਈਆਂ ਦੇ ਸਥਾਨ, ਜਿਵੇਂ ਚਮਕੌਰ ਸਾਹਿਬ ਹੋ ਗਿਆ, ਅਨੰਦਪੁਰ ਸਾਹਿਬ ਹੋ ਗਿਆ, ਇਹ ਸਾਰੇ ਆ ਜਾਣਗੇ, ਠੀਕ ਹੈ। ਖਿਦਰਾਨਾ ਸਾਹਿਬ, ਮਤਲਬ ਕਿ 3 ਮੈਪ ਨੇ ਤੁਹਾਡੇ, ਠੀਕ ਹੈ। ਸੋ ਇਹ ਤੁਹਾਡਾ ਜਿਹੜੇ ਕਿ ਹੈਗੇ ਨੇ ਕੁਸ਼ਚਨਸ, ਜੇ ਆਪਾਂ ਦੇਖੀਏ ਕਿ ਇਹਨਾਂ ਦੇ ਵਿੱਚੋਂ ਕਿਹੜੇ ਚੈਪਟਰ ਈਜ਼ੀ ਨੇ ਸੈਕਸ਼ਨ ਬੀ ਦੇ ਵਿੱਚ, ਸੈਕਸ਼ਨ ਬੀ ਦੇ ਵਿੱਚ ਇੱਕ ਤਾਂ ਗੁਰੂ ਅਰਜਨ ਦੇਵ ਜੀ ਬਾਰੇ, ਠੀਕ ਹੈ, ਇਹ ਵਾਲਾ ਚੈਪਟਰ ਕਰ ਲਓ, ਅਤੇ ਇੱਕ ਕਰ ਲਓ ਤੁਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕਾਰਨ। ਜੇ ਦੋਨਾਂ ਸ਼ਹਾਦਤ ਦੇ ਵਿੱਚ ਤੁਹਾਨੂੰ ਪੁਆਇੰਟ ਮਿਕਸ ਹੁੰਦੇ ਨੇ, ਫਿਰ ਤੁਸੀਂ ਦੋਨਾਂ ਗੁਰੂਆਂ ਦੇ ਵਿੱਚੋਂ ਇੱਕ ਦੀ ਸ਼ਹਾਦਤ ਕਰ ਲਓ, ਅਤੇ ਇੱਕ ਤੁਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲਾ ਕਰ ਲਓ, ਠੀਕ ਹੈ, ਕਿਉਂਕਿ ਚਮਕੌਰ ਸਾਹਿਬ ਅਤੇ ਅਨੰਦਪੁਰ ਸਾਹਿਬ ਦੀ ਲੜਾਈਆਂ ਤੁਹਾਨੂੰ ਆਉਂਦੇ ਹੀ ਹੁੰਦੇ ਨੇ, ਠੀਕ ਹੈ, ਖਾਲਸਾ ਪੰਥ ਦੇ ਨਿਯਮ ਇਹ ਆਉਂਦੇ ਹੀ ਹੁੰਦੇ ਨੇ, ਇਹ ਕਰ ਲਓ। ਵੈਸੇ ਸਾਰੇ ਟੌਪਿਕ ਈਜ਼ੀ ਨੇ ਇਹ। ਅਤੇ ਮੇਜਰ 2 ਸਮੈਸਟਰ 1 ਦੇ ਵਿੱਚ, ਹਾਂਜੀ, ਸਬਜੈਕਟ ਕੋਡ ਲਿਖਿਆ ਹੋਇਆ, ਇਹਦਾ ਜਿਹੜਾ ਸਿਲੇਬਸ ਹੈ ਪੇਪਰ ਦਾ ਪੈਟਰਨ ਸੇਮ ਹੈ ਹੀ, ਹਾਂਜੀ, ਸਿਲੇਬਸ ਹੈਗਾ ਪ੍ਰੀ ਹਿਸਟਰੀ, ਠੀਕ ਹੈ, ਪ੍ਰੀ ਹਿਸਟਰੀ ਪੀਰੀਅਡ ਜਿਹਦੇ ਵਿੱਚ ਸਟੋਨ ਏਜ, ਮਤਲਬ ਕਿ ਜਿਹੜੇ ਕਿ ਆਪਣਾ ਪੱਥਰ ਯੁੱਗ, ਠੀਕ ਹੈ, ਮੈਸੋਲੈਥਿਕ ਏਜ, ਨਿਊਲੈਥਿਕ ਏਜ, ਇਹ ਸਾਰੇ ਆ ਜਾਣਗੇ, ਪੁਰਾਤਨ ਪੱਥਰ ਯੁੱਗ, ਨਵੀਨ ਪੱਥਰ ਯੁੱਗ, ਇਹ ਸਾਰੇ ਆ ਜਾਣਗੇ। ਅਤੇ ਫਿਜ਼ੀਕਲ ਫੀਚਰਸ, ਭੂਗੋਲਿਕ ਵਿਸ਼ੇਸ਼ਤਾਵਾਂ ਭਾਰਤ ਦੀਆਂ, ਠੀਕ ਹੈ, ਅਤੇ ਇਹਨਾਂ ਦਾ ਇਤਿਹਾਸ 'ਤੇ ਕੀ ਪ੍ਰਭਾਵ ਪਿਆ, ਅਤੇ ਮੈਪ ਹੈਗਾ, ਠੀਕ ਹੈ, ਫਿਜ਼ੀਕਲ ਫੀਚਰਸ ਦਾ ਐਨਸ਼ੀਅੰਟ ਇੰਡੀਆ ਦੇ ਵਿੱਚੋਂ। ਅਤੇ ਅੱਗੇ ਹੈਗਾ ਸਰੋਤ, ਠੀਕ ਹੈ, ਜਿਹਦੇ ਵਿੱਚ ਫੋਰਨ ਅਕਾਊਂਟਸ, ਮਤਲਬ ਕਿ ਜਿਹੜੇ ਜਿਹੜੇ ਵਿਦੇਸ਼ੀ ਯਾਤਰੀ ਆਏ ਉਹਨਾਂ ਦਾ, ਅਤੇ ਲਿਖਿਤ ਅਤੇ ਸਿੱਕੇ ਭਵਨ ਵਗੈਰਾ, ਇਹ ਸਾਰੇ ਆ ਜਾਣਗੇ। ਅਤੇ ਇੰਦਸ ਵੈਲੀ ਸਿਵਲਾਈਜੇਸ਼ਨ, ਸਿੰਧ ਘਾਟੀ ਸੱਭਿਅਤਾ, ਇਹਦਾ ਸਾਰਾ ਚੈਪਟਰ ਆ ਜੂਗਾ, ਇਹ ਸਿੰਧ ਘਾਟੀ ਸੱਭਿਅਤਾ ਦੀ ਖੋਜ, ਇਹਦਾ ਵਿਸਥਾਰ, ਟਾਊਨ ਪਲੈਨਿੰਗ, ਨਗਰ ਯੋਜਨਾ, ਠੀਕ ਹੈ, ਅਤੇ ਡਿਕਲਾਈਨ, ਸਿੰਧ ਘਾਟੀ ਦੇ ਖਤਮ ਹੋਣ ਦੇ ਕੀ ਕਾਰਨ ਸੀ, ਸਭ ਕੁਛ ਆ ਜੂਗਾ, ਆਪਾਂ ਨੇ ਟੌਪਿਕ ਅਪਲੋਡ ਵੀ ਕੀਤੇ ਹੋਏ ਨੇ। ਅਤੇ ਸੈਕਸ਼ਨ ਬੀ ਦੇ ਵਿੱਚ ਅਰਲੀ ਵੈਦਿਕ ਏਜ ਪੀਰੀਅਡ, ਮਤਲਬ ਕਿ ਮੁੱਢਲਾ ਆਰੀਆ, ਠੀਕ ਹੈ, ਅਤੇ ਲੇਟਰ ਵੈਦਿਕ, ਪਿਛਲਾ ਵੈਦਿਕ ਕਾਲ, ਇਹਨਾਂ ਦੀ ਸਮਾਜਿਕ, ਰਾਜਨੀਤਿਕ, ਆਰਥਿਕ, ਧਾਰਮਿਕ ਕੰਡੀਸ਼ਨ, ਇਹ ਸਾਰੇ ਇਹ ਵਾਲਾ ਜਿਹੜੇ ਹੈਗਾ ਤੁਹਾਡਾ ਕੀ ਆਪਣਾ ਐਨਸ਼ੀਅੰਟ ਇੰਡੀਆ, ਐਨਸ਼ੀਅੰਟ ਇੰਡੀਆ ਆਪਾਂ ਨੇ ਜਿਹੜੀ ਕਿ ਆਲਰੇਡੀ ਚੈਨਲ 'ਤੇ ਅਪਲੋਡ ਕੀਤੀ ਹੋਈ ਹੈ, ਠੀਕ ਹੈ, ਤੁਸੀਂ ਵਾਚ ਵੀ ਕਰ ਸਕਦੇ ਸਾਰੇ ਟੌਪਿਕਸ। ਅਤੇ ਮਹਾਂਜਨਪਦ, ਠੀਕ ਹੈ, ਮਗਧ, ਮਹਾਂਜਨਪਦ ਵਾਲਾ ਮੈਪ ਵੀ ਆ, ਅਤੇ ਮਗਧ ਵਾਲਾ ਮੈਪ ਆ, ਅਤੇ ਅਲੈਗਜ਼ੈਂਡਰ, ਠੀਕ ਹੈ, ਇਹਦਾ ਹਮਲੇ ਦੇ ਕਾਰਨ ਅਤੇ ਇਹਦੇ ਪ੍ਰਭਾਵ। ਹੁਣ ਇਹਨਾਂ ਦੇ ਵਿੱਚੋਂ ਜੇ ਆਪਾਂ ਟੌਪਿਕ ਸੌਖਾ ਦੇਖੀਏ, ਤਾਂ ਇੱਕ ਤਾਂ ਸਿੰਧ ਘਾਟੀ ਸੱਭਿਅਤਾ ਵਾਲਾ ਸੌਖਾ, ਅਤੇ ਇੱਕ ਤੁਸੀਂ ਇਹਦੇ ਵਿੱਚੋਂ ਭੂਗੋਲਿਕ ਵਿਸ਼ੇਸ਼ਤਾ ਵਾਲਾ ਕਰ ਲਓ, ਠੀਕ ਹੈ। ਸੈਕਸ਼ਨ ਬੀ ਦੇ ਵਿੱਚ ਵੈਦਿਕ ਏਜ, ਅਰਲੀ ਅਤੇ ਲੇਟਰ, ਇਹ ਕਰ ਲਓ। ਥੈਂਕਸ।